ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਸਾਬੂਦਾਣੇ ਦੀ ਖੀਰ ਬਣਾਉਣ ਲੱਗੀ ਹਾਂ। ਸਾਬੂਦਾਣੇ ਨੂੰ ਮੈਂ ਇਹਨੂੰ ਭਿਗੋਤਾ ਸੀਗਾ, ਘੰਟਾ ਘੰਟੇ ਇੱਕ ਘੰਟਾ ਭਿਗੋਇਆ ਆ, ਭੇਜਤਾ ਸੀ ਮਤਲਬ। ਹੁਣ ਮੈਂ ਦੁੱਧ ਗਰਮ ਕਰ ਲਿਆ ਆ ਅਤੇ ਇਹਨੂੰ ਆਪਾਂ ਦੁੱਧ ਵਿੱਚ ਪਾ ਲੈਂਦੇ ਹਾਂ। ਬਸ ਇਹ ਹੈ ਕਿ ਇਹਦੇ ਵਿੱਚ ਇਸ ਤਰ੍ਹਾਂ ਕੜਛੀ ਆਪਾਂ ਫੇਰਦੇ ਰਹਿਣਾ ਆ। ਗੈਸ ਥੋੜ੍ਹੀ ਤੇਜ਼ ਕਰ ਲੈਂਦੇ ਹਾਂ। ਇਹਦੇ ਵਿੱਚ ਆਪਾਂ ਥੋੜ੍ਹੀ ਜਿਹੀ ਕਿਸ਼ਮਿਸ਼ ਪਾ ਦਿੰਦੇ ਹਾਂ, ਸੌਗੀ। ਕਾਜੂ ਅਤੇ ਬਦਾਮ ਨਾਲ ਇਹਨਾਂ ਦੇ ਥੋੜ੍ਹਾ ਜਿਹਾ ਬਣ ਜਾਣਗੇ। ਹੁਣ ਆਪਾਂ ਖੰਡ ਪਾ ਦਿੰਦੇ ਹਾਂ। ਖੀਰ ਆਪਣੀ ਬਣ ਗਈ ਹੈ। ਹੁਣ ਆਪਾਂ ਗੈਸ ਬੰਦ ਕਰ ਦਿੰਦੇ ਹਾਂ, ਇਹਨੂੰ ਥੋੜ੍ਹਾ ਠੰਡਾ ਹੋਣ ਦਿੰਦੇ ਹਾਂ, ਫਿਰ ਆਪਾਂ ਪਲੇਟਿੰਗ ਕਰਦੇ ਹਾਂ। ਆਪਣੇ ਸਾਬੂਦਾਣੇ ਦੀ ਖੀਰ ਬਣ ਕੇ ਤਿਆਰ ਹੈ। ਹੁਣ ਆਪਾਂ ਬਹਿ ਕੇ ਇਹਨੂੰ ਖਾਂਦੇ ਹਾਂ। ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਕਮੈਂਟ ਵੀ ਜ਼ਰੂਰ ਕਰਿਆ ਕਰੋ।